ਧੀਰ ਸਾਹਿਬ ਹੁਣ ਤੱਕ ਤੁਸੀਂ ਕਿੰਨੀਆਂ ਕੁ ਪੁਸਤਕਾਂ ਪ੍ਰਕਾਸ਼ਿਤ ਕਰਾ ਚੁੱਕੇ ਹੋ? ਉਹ ਜਿਹੜੀਆਂ ਸਾਹਮਣੇ ਪਈਆਂ ਨੇ ਪੁਸਤਕਾਂ ਉਹ ਸਾਰੀਆਂ ਮੇਰੀਆਂ ਹੀ ਨੇ। ਅੱਛਾ ਜੀ। ਕੋਈ 30-35 ਦੇ ਉੱਪਰ ਨੇ, 40 ਦੇ ਨੇੜੇ ਪਹੁੰਚਣ ਵਾਲੀਆਂ ਨੇ। ਕਿੰਨੇ ਨਾਵਲ ਨੇ, ਕਿੰਨੀ ਸ਼ਾਇਰੀ ਦੇ? ਨਾਵਲ 8 ਨੇ ਜੀ, ਮੇਰੇ ਖਿਆਲ ਕਹਾਣੀ ਸੰਗ੍ਰਹਿ ਜੀ 10-12 ਹੋ ਗਏ ਜੀ, ਅਤੇ ਕਵਿਤਾ ਦੀਆਂ ਕਾਫੀ ਨੇ ਜੀ, ਹੋਰ ਕਈ ਤਰ੍ਹਾਂ ਦੀਆਂ ਨੇ। ਅੱਛਾ, ਇਸ ਤਰ੍ਹਾਂ ਕਾਫੀ ਕਵਿਤਾ। ਧੀਰ ਸਾਹਿਬ ਤੁਹਾਡਾ ਬੜਾ ਮਾਣ ਸਨਮਾਨ ਵੀ ਹੋਇਆ, ਤੁਸੀਂ ਥੋੜ੍ਹਾ ਜਿਹਾ ਉਹਦਾ ਵੇਰਵਾ ਦਿਓਗੇ? ਮਾਣ ਸਨਮਾਨ ਜਿਹੜਾ ਹੈ ਅਸਲ ਦੇ ਵਿੱਚ ਤਾਂ ਜਿਹੜਾ ਹੈ ਲੋਕਾਂ ਵੱਲੋਂ ਆਦਰ ਮਾਣ ਹੁੰਦਾ ਹੈ ਲੇਖਕ ਕਰਕੇ, ਅਸਲੀ ਤਾਂ ਉਹੀ ਹੁੰਦਾ ਹੈ ਜੀ। ਬਾਕੀ ਸਾਹਿਤ ਅਕਾਡਮੀ ਜਾਂ ਪੰਜਾਬ ਸਰਕਾਰ ਦਾ ਭਾਸ਼ਾ ਵਿਭਾਗ ਦਾ ਸ਼੍ਰੋਮਣੀ ਸਾਹਿਤਕਾਰ ਇਹ ਹੈ ਨਾ, ਮਿਲੇ ਹੋਏ ਠੀਕ ਨੇ, ਇਹ ਤਾਂ ਇੱਕ ਰਸਮਾਂ ਹੁੰਦੀਆਂ ਨੇ। ਬਾਕੀ ਅਸਲੀ ਤਾਂ ਅਸਲੀ ਮਾਣ ਅਸਲ ਦੇ ਵਿੱਚ ਮਾਣ ਸਨਮਾਨ ਜਿਹੜਾ ਅਸਲੀ ਮਾਣ ਉਹ ਲੇਖਕ ਆਪਣਾ ਆਪ ਕਰਦਾ ਜਦੋਂ ਉਹ ਕੋਈ ਬੜੀ ਅੱਛੀ ਰਚਨਾ ਰਚਦਾ, ਉਸ ਵੇਲੇ ਮਾਣ ਹੁੰਦਾ। ਜਦੋਂ ਮੈਨੂੰ ਇਹ ਹੋ ਵੀ ਆਹ ਚੀਜ਼ ਮੈਂ ਲਿਖੀ ਹੈ ਔਰ ਬੜੀ ਸਫਲ ਹੈ, ਬੜੀ ਕਾਮਯਾਬ ਹੋਈ ਹੈ, ਉਸ ਵੇਲੇ ਉਹਨੂੰ ਮਾਣ ਸਨਮਾਨ। ਸਭ ਤੋਂ ਪਹਿਲਾਂ ਲੇਖਕ ਜਾਂ ਕਲਾਕਾਰ ਆਪਣੇ ਆਪ ਨੂੰ ਆਪ ਇਨਾਮ ਆਪ ਇਨਾਮ ਮਾਣ ਸਨਮਾਨ ਦਿੰਦਾ, ਬਾਕੀ ਸਮਾਜ ਦੇ ਤਾਂ ਪਿੱਛੋਂ ਉਹਨੂੰ ਫੋਲੋ ਕਰਦੇ ਨੇ। ਬਸ ਤੁਸੀਂ ਅੱਜ ਦੇ ਯੁੱਗ ਦੇ ਲੇਖਕਾਂ ਬਾਰੇ ਕੀ ਵਿਚਾਰ ਦਿਓਗੇ? ਜਿਹੜੇ ਸਾਡੇ ਨਵੇਂ ਲੇਖਕ ਨੇ ਇਹਨਾਂ ਨੂੰ ਰਾਤੋ ਰਾਤ ਮਹਾਨ ਬਣਨ ਦੀ ਜਿਹੜੀ ਦੌੜ ਲਾਈ ਹੋਈ ਹੈ ਔਰ ਗੋਸ਼ਟੀਆਂ ਕਰਨੀਆਂ, ਇਹ ਗੋਸ਼ਟੀ ਕਲਚਰ ਨੂੰ ਮੈਂ ਚੰਗਾ ਨਹੀਂ ਸਮਝਦਾ। ਲੇਖਕ ਆਪਣੀ ਸਾਧਨਾ ਕਰੇ ਔਰ ਕਮਿਟਡ ਹੋਵੇ। ਲੇਖਕ ਜਿਹੜਾ ਕਮਿਟਡ ਨਹੀਂ ਹੈ, ਕਮਿਟਮੈਂਟ ਤੋਂ ਬਗੈਰ ਲੇਖਕ ਕੋਈ ਨਹੀਂ ਬਣਦਾ। ਚਾਹੇ ਸਾਡੇ ਤੁਸੀਂ ਭਗਤੀ ਲਹਿਰ ਦੇ ਸੰਤ ਲੈ ਲਓ, ਕੋਈ ਮਹਾਨ ਤੁਸੀਂ ਕਲਾਕਾਰ ਜਾਂ ਸਾਹਿਤਕਾਰ ਲੈ ਲਓ, ਕਮਿਟਡ ਹੋਣਗੇ ਪਹਿਲਾਂ ਆਪਦੇ। ਕਮਿਟਡ ਕਾਹਦੇ ਲਈ? ਕੌਜ਼ ਲਈ। ਯਾਨੀ ਕਮਿਟਡ ਹੋਣਗੇ ਉਹ ਆਮ ਦੁੱਖ ਦਰਦ ਜਿਹੜੀ ਦੁੱਖਾਂ ਵਿੱਚ ਗਰਸੀ ਹੋਈ ਜਨਤਾ ਦੁਨੀਆ ਹੈ ਜੀ, ਉਹਦੇ ਦੁੱਖਾਂ ਨੂੰ ਦੂਰ ਕਰਨ ਲਈ, ਉਹਨਾਂ ਦੇ ਦੁੱਖਾਂ ਦਾ ਦਰਦ ਵਡਾਉਣ ਲਈ ਉਹ ਕਮਿਟਡ ਹੋਣਗੇ। ਉਹ ਕਮਿਟਮੈਂਟ ਜਿਹੜੀ ਹੈ ਉਹ ਜੈਨਨ ਹੈ। ਬਹੁਤ ਅੱਛਾ। ਧੀਰ ਸਾਹਿਬ, ਤੁਹਾਡੇ ਸਮਕਾਲੀ ਕਈ ਮਿੱਤਰ ਨੇ, ਉਹ ਕਿਹੜੇ ਕਿਹੜੇ ਨੇ ਅਤੇ ਉਹਦੇ ਬਾਰੇ ਚਾਨਣਾ? ਮੇਰੇ ਸਮਕਾਲੀ ਤਾਂ ਮੇਰੇ ਬਹੁਤ ਸਾਰੇ ਨੇ, ਲੇਕਿਨ ਮਿੱਤਰ ਜਿਹੜੇ ਨੇ, ਮਿੱਤਰ ਮੇਰੇ ਜਿਹੜੇ ਅਸਲੇ ਜਿਗਰੀ ਦੋਸਤ ਨੇ, ਉਹ ਅਜੈਬ ਚਿੱਤਰਕਾਰ ਔਰ ਗੁਰਚਰਨ ਰਾਮਪੁਰੀ ਨੇ ਜੀ, ਇਹ ਦੋਵੇਂ ਮੇਰੇ ਬੜੇ ਗਹਿਰੇ ਦੋਸਤ ਨੇ। ਤੁਸੀਂ ਡੈਫੀਨੇਸ਼ਨ ਦੇ ਰਹੇ ਸੀ, ਉਹ ਡੈਫੀਨੇਸ਼ਨ ਇਹਨਾਂ 'ਤੇ ਘੱਟਦੀ, ਜੇ ਕੋਈ ਲੂਸ ਟਾਕਰ ਦੀ ਹੁੰਦੀ ਹੈ ਤਾਂ ਇਹਨਾਂ ਨਾਲ ਬੜੀ ਸੋਹਣੀ ਹੁੰਦੀ ਆ। ਧੀਰ ਸਾਹਿਬ, ਜੋ ਕੁਛ ਤੁਸੀਂ ਰਚਿਆ, ਕੀ ਤੁਸੀਂ ਉਸ ਨਾਲ ਸੰਤੁਸ਼ਟ ਹੋ? ਸੰਤੁਸ਼ਟੀ ਜੈਨੂਅਨ ਕਲਾਕਾਰ ਨੂੰ ਜਾਂ ਲੇਖਕ ਨੂੰ ਕਦੇ ਹੋਣੀ ਨਹੀਂ ਚਾਹੀਦੀ ਜਿੰਨਾ ਚਿਰ ਜ਼ਿੰਦਾ ਹੈ। ਇਹ ਠੀਕ ਹੈ ਵੀ ਮੈਂ ਆਪਣਾ ਨਾਵਲ ਯਾਦਗਾਰ ਹੈ, ਉਹਨੂੰ ਮੈਂ ਆਪਣਾ ਸ਼ਾਹਕਾਰ ਸਮਝਦਾ, ਨਵਾਂ ਜਨਮ ਮੇਰਾ ਸ਼ਾਹਕਾਰ ਹੈ। ਬਹੁਤ ਸਾਰੀਆਂ ਕਹਾਣੀਆਂ ਨੂੰ ਮੈਨੂੰ ਪੰਜਾਬੀ 'ਚ ਮਾਫ਼ ਕਰਨਾ ਆਪ ਕਹਿਣਾ ਚੰਗਾ ਨਹੀਂ ਲੱਗਦਾ, ਕਲਾਸਿਕੀ ਹੋਣ ਦਾ ਦਰਜਾ ਪ੍ਰਾਪਤ ਹੋਇਆ ਹੋਇਆ, ਪਰ ਫਿਰ ਵੀ ਹੁਣ ਜੀ ਕਰਦਾ ਰਹਿੰਦਾ ਵੀ ਹੋਰ ਮੈਂ ਕੁਛ ਲਿਖਾਂ, ਜਦੋਂ ਹੋਰ ਲਿਖਾਂ ਹੋਰ ਆਪਣੇ। ਇੰਨੀ ਲੇਖਕ ਦਾ ਕਿਸੇ ਨਾਲ ਮੁਕਾਬਲਾ ਨਹੀਂ ਸਾਹਿਤਕਾਰ ਦਾ, ਮੇਰਾ ਆਪਣੇ ਆਪ ਨਾਲ ਮੁਕਾਬਲਾ ਵੀ ਮੈਂ ਜੋ ਪਹਿਲਾਂ ਹਾਂ ਉਹ ਤੋਂ ਹੋਰ ਉੱਪਰ ਹੋਵਾਂ। ਲੇਖਕ ਆਪਣੇ ਆਪ ਨੂੰ ਸਾਹਿਤਕਾਰ ਜਾਂ ਕਲਾਕਾਰ ਖੁਦ ਨੂੰ ਐਂ ਬਿਲਡ ਕਰਦਾ ਔਰ ਬਿਲਡ ਕਰਨਾ ਚਾਹੁੰਦਾ, ਇਹ ਉਹਦੀ ਜ਼ਿੰਦਗੀ ਹੈ। ਸੰਤੁਸ਼ਟੀ ਜਿਹੜੀ ਹੈ ਨਾ, ਉਹ ਫਿਰ ਇੱਕ ਵਾਰੀ ਕੋਈ ਚੀਜ਼ ਲਿਖ ਕੇ ਸੰਤੁਸ਼ਟ ਹੋ ਗਿਆ, ਉਹ ਤੋਂ ਬਾਅਦ ਮਗਰੋਂ ਫਿਰ ਖੋ ਪੈਣ ਲੱਗ ਜਾਂਦੀ ਵੀ ਹੋਰ ਕੁਛ ਕਰਾਂ। ਇਸ ਲਈ ਇਹ ਸੰਤੁਸ਼ਟ ਜਿਹੜਾ ਹੈ ਨਾ, ਉਹ ਹਮੇਸ਼ਾ ਲਈ ਕੋਈ ਸੰਤੁਸ਼ਟ ਨਹੀਂ ਹੋ ਸਕਦਾ। ਧੀਰ ਸਾਹਿਬ, ਤੁਸੀਂ ਪੰਜਾਬੀ ਜ਼ੁਬਾਨ ਦੀ ਕੁਝ 6 ਦਹਾਕਿਆਂ ਤੋਂ ਵੱਧ ਸੇਵਾ ਕੀਤੀ ਹੈ, ਅਤੇ ਪੰਜਾਬੀ ਪਾਠਕ ਮੇਰੇ ਵਰਗੇ ਹਜ਼ਾਰਾਂ ਲੱਖਾਂ ਹੋਰ ਵੀ ਹੋਣਗੇ ਜਿਹੜੇ ਤੁਹਾਡੇ ਧੰਨਵਾਦੀ ਨੇ। ਮੇਰਾ ਇੱਕ ਪਰਸਨਲ ਜਿਹਾ ਕੋਈ ਸਵਾਲ ਹੈ, ਉਹ ਇੱਕ ਆਉਣ ਵਾਲਾ ਸਮਾਂ, ਅੱਜ ਤੋਂ 50 ਸਾਲ ਨੂੰ 100 ਸਾਲ ਨੂੰ ਅਸੀਂ ਸਾਰਿਆਂ ਨੇ ਵਾਰੀ ਵਾਰੀ ਟੁੱਟ ਜਾਣਾ, ਉਸ ਯੁੱਗ ਵਿੱਚ ਲੋਕ ਸੰਤੋਖ ਸਿੰਘ ਧੀਰ ਨੂੰ ਕਿਵੇਂ ਯਾਦ ਕਰਨਗੇ? ਦੇਖੋ, ਇਹਦਾ ਜਵਾਬ ਤਾਂ ਅਸਲ ਵਿੱਚ ਆਉਣ ਵਾਲੇ ਸਮੇਂ ਨੂੰ ਦੇਣਾ ਚਾਹੀਦਾ, ਇਹ ਸਵਾਲ ਆਉਣ ਵਾਲੇ ਸਮੇਂ ਵੱਲ ਹੋਣਾ ਚਾਹੀਦਾ ਜੀ। ਪਰ ਮੈਂ ਇਹਦਾ ਇੱਕ ਗੱਲ ਤੁਹਾਨੂੰ ਕਹਿ ਦਿੰਦਾ, ਇੱਥੇ ਟੀਚਰਸ ਦੀ, ਪੰਜਾਬ ਦੇ ਟੀਚਰਾਂ ਦੀ ਐਜੀਟੇਸ਼ਨ ਚੱਲ ਰਹੀ ਸੀ, ਪੁਲਿਸ ਨੇ ਉਹਨਾਂ 'ਤੇ ਡਾਂਗਾਂ ਬਰਸਾਈਆਂ, ਮੈਂ ਕੋਲ ਖੜਾ ਦੇਖ ਰਿਹਾ ਸੀ, ਮੈਂ ਪੁਲਿਸ ਨੂੰ ਸ਼ੇਮ ਸ਼ੇਮ ਕਹਿ ਦਿੱਤਾ, ਉਹਨਾਂ ਨੂੰ ਮੁਖਾਲਫਤ ਕੀਤੀ ਪੁਲਿਸ ਦੀ ਜੀ, ਵੀ ਨਹੀਂ ਹੱਥਿਆਂ ਨੂੰ ਕਿਉਂ ਕੁੱਟ ਰਹੇ ਹੋ ਉਹਦੇ ਇੰਨੀ ਉਸ ਜੁਰਮ 'ਚ, ਮੈਨੂੰ ਔਰ ਉਹਨਾਂ ਟੀਚਰਾਂ ਦੇ ਨਾਲ ਸਾਨੂੰ ਜੇਲ੍ਹ 'ਚ ਬੰਦ ਕਰਦਾ, ਇੱਥੇ ਆਪਣੇ ਇਹ ਚੰਡੀਗੜ੍ਹ ਜੇਲ੍ਹ 'ਚ, ਮੈਨੂੰ ਬੜੈਲ ਜੇਲ੍ਹ ਕਹਿੰਦੇ ਨੇ। ਉੱਥੇ ਮੈਂ ਫਿਰ ਕੁਛ ਕਵਿਤਾਵਾਂ ਲਿਖੀਆਂ ਜੀ, ਉਹ ਪੂਰਾ ਕਾਵਿ ਸੰਗ੍ਰਹਿ ਜੇਲ੍ਹ 'ਚ ਮੈਂ ਲਿਖਿਆ, ਜਿਹਦੇ ਨਾਲ ਆਉਣ ਵਾਲਾ ਸੂਰਜ ਹੈ ਜੀ।
ਉਹਦੀ ਆਖਰੀ ਕਵਿਤਾ ਇੱਕ ਵੀ ਤੀਲੀ ਵਾਲੀ ਹੈ ਮੈਂ ਮਹਾਂ ਅੰਧਕਾਰ ਵਿੱਚ ਚਾਨਣ ਕਿੰਨਾ ਕੁ ਹੋਇਆ ਆਉਣ ਵਾਲਾ ਸੂਰਜ ਇਸਦਾ ਉੱਤਰ ਦੇਵੇਗਾ ਤੁਹਾਡੇ ਸਵਾਲ ਦਾ ਜਵਾਬ ਮੈਂ ਨਹੀਂ ਦੇਵਾਂਗਾ ਆਉਣ ਵਾਲਾ ਜ਼ਮਾਨਾ ਦੇਵੇਗਾ ਇਸ ਲਈ ਮੈਂ ਇੱਕ ਵਾਰੀ ਇਸੇ ਤੁਕ ਨੂੰ ਇਸੇ ਬੰਦ ਨੂੰ ਕਵਿਤਾ ਦੇ ਨੂੰ ਫਿਰ ਦੁਹਰਾ ਦਿੰਦਾ ਤੀਲੀ ਵਾਲੀ ਹੈ ਮੈਂ ਮਹਾਂ ਅੰਧਕਾਰ ਵਿੱਚ ਮੈਂ ਤਾਂ ਇੱਕ ਐਮ ਅੱਜ ਇੱਕ ਤੀਲੀ ਜਾਲੀ ਤੀਲੀ ਜਾਲੀ ਹੈ ਮੈਂ ਤੀਲੀ ਵਾਲੀ ਹੈ ਮੈਂ ਮਹਾਂ ਅੰਧਕਾਰ ਵਿੱਚ ਚਾਨਣ ਕਿੰਨਾ ਕੁ ਹੋਇਆ ਆਉਣ ਵਾਲਾ ਸੂਰਜ ਉਸਦਾ ਉੱਤਰ ਦੇਵੇਗਾ ਧੰਨਵਾਦ ਪੰਜਾਬੀ ਬੋਲੀ ਦੇ ਵਿਕਾਸ 'ਚ ਨਵੀਂ ਜ਼ਬਾਨ ਜਾਂ ਕਿਤਾਬ ਪੜ੍ਹਨ ਦਾ ਬਹੁਤ ਘੱਟ ਸ਼ੌਕ ਹੈ ਇਹਦਾ ਵੱਡਾ ਕਾਰਨ ਇਹਦਾ ਵੱਡਾ ਕਾਰਨ ਤਾਂ ਇਹ ਹੈ ਵੀ ਸਾਡੇ ਜਿਹੜੀ ਪੰਜਾਬੀ ਕੌਮੀਅਤ ਹੈ ਇਹ ਸਾਹਿਤ ਸੱਭਿਆਚਾਰ ਵੱਲੋਂ ਬਹੁਤ ਪਛੜੀ ਹੋਈ ਕੌਮੀਅਤ ਹੈ ਬੈਕਵਰਡ ਕੌਮੀਅਤ ਹੈ ਖਾਂਦੇ ਪੀਂਦੇ ਚੰਗਾ ਨੇ ਸਭ ਕੁਛ ਠੀਕ ਹੈ ਲੇਕਿਨ ਜਿਹੜਾ ਸਾਹਿਤ ਔਰ ਸੱਭਿਆਚਾਰ ਔਰ ਜ਼ਬਾਨ ਆਪਣੀ 'ਤੇ ਮਾਣ ਕਰਨਾ ਹੈ ਉਸ ਵੱਲੋਂ ਪੰਜਾਬੀਆਂ ਵਰਗੀ ਬੈਕਵਰਡ ਕੌਮੀਅਤ ਕੋਈ ਵੀ ਨਹੀਂ ਹੈ ਮਿਸਾਲ ਦੇ ਤੌਰ 'ਤੇ ਬੰਗਾਲ ਬੰਗਾਲੀ ਦੱਖਣ ਦੇ ਸਾਰੇ ਜਿੰਨੇ ਵੀ ਸੂਬੇ ਨੇ ਮਹਾਰਾਸ਼ਟਰ ਹੈ ਔਰ ਆਂਧਰਾ ਹੈ ਅਤੇ ਦੂਜੇ ਸਾਰੇ ਵੀ ਜਿੰਨਾ ਦੱਖਣ ਹੈ ਸਭ ਸਾਰੀਆਂ ਕੌਮੀਅਤਾਂ ਨੂੰ ਆਪਣੀ ਬੋਲੀ 'ਤੇ ਮਾਣ ਹੈ ਅਸੀਂ ਪੰਜਾਬੀ ਹਾਂ ਜਿਹੜੇ ਕਿੰਨੇ ਇਤਿਹਾਸ ਪਏ ਹੈ ਬਹੁਤ ਸਮੇਂ ਅੱਧੇ ਪੰਜਾਬੀ ਨੂੰ ਆਪਣੀ ਮਾਤਰੀ ਭਾਸ਼ਾ ਹੀ ਨਹੀਂ ਮੰਨਦੇ ਰਹੇ ਸਹੀ ਗੱਲ ਹੁਣ ਜੇ ਮੰਨਣ ਲੱਗੇ ਵੀ ਨੇ ਤਾਂ ਵੀ ਉੱਪਰੋਂ ਉੱਪਰੋਂ ਈਵਨ ਪੰਜਾਬ ਦੀ ਸਰਕਾਰ ਜਿਹਦਾ ਪਹਿਲਾ ਫਰਜ਼ ਹੈ ਪੰਜਾਬੀ ਜ਼ਬਾਨ ਨੂੰ ਤਰੱਕੀ ਦੇਣੀ ਪੰਜਾਬੀ ਜ਼ਬਾਨ ਨੂੰ ਲਾਗੂ ਕਰਨਾ ਹਰ ਸਤਹ 'ਤੇ ਆਪਣੇ ਸਰਕਾਰੀ ਜ਼ਬਾਨ ਵੀ ਸੈਕਟਰੀਏਟ ਦੇ ਹੋਰ ਸਾਰੇ ਦਫ਼ਤਰਾਂ ਦੀ ਅਤੇ ਸਕੂਲਾਂ ਕਾਲਜਾਂ ਔਰ ਯੂਨੀਵਰਸਿਟੀਆਂ ਦੀ ਵੀ ਅਤੇ ਹਾਈ ਕੋਰਟ ਦੀ ਵੀ ਜ਼ਬਾਨ ਇਹ ਸਾਰੀਆਂ ਇਹਦੇ ਵਿੱਚ ਪੰਜਾਬੀ ਹੁੰਦੀ ਹੈ ਸਾਡੇ ਹਾਈ ਕੋਰਟ ਹੈ ਜੀ ਇਸ ਹਾਈ ਕੋਰਟ 'ਚ ਕਲਾਇੰਟ ਜਿਹੜੇ ਨੇ ਮੁਵੱਕਲ ਉਹ ਪੰਜਾਬੀ ਵਕੀਲ ਪੰਜਾਬੀ ਜੱਜ ਪੰਜਾਬੀ ਬੋਲੀ ਅੰਗਰੇਜ਼ੀ ਮੈਂ ਇੱਕ ਵਾਰੀ ਕਿਹਾ ਮੈਂ ਇਹ ਦੱਸੋ ਇਹ ਹਾਈ ਕੋਰਟ ਪੰਜਾਬ 'ਚ ਬਣੀ ਹੋਈ ਹੈ ਕਿ ਇੰਗਲੈਂਡ 'ਚ ਬਣੀ ਹੋਈ ਇਹਦੀ ਜ਼ਬਾਨ ਅੰਗਰੇਜ਼ੀ ਕਿਉਂ ਹੈ ਪੰਜਾਬੀ ਕਿਉਂ ਨਹੀਂ ਬੋਲੀ ਜਾਂਦੀ ਪਰ ਕਿਸੇ ਦੀ ਸਮਝ ਨਹੀਂ ਆਉਂਦੀ ਸਮਝਦੇ ਵੀ ਸਾਨੂੰ ਅਸੀਂ ਬੈਕਵਰਡ ਆਦਮੀ ਆ ਜਿਹੜੇ ਪੰਜਾਬੀ ਜ਼ਬਾਨ ਦੀ ਗੱਲ ਕਰਦੇ ਹਾਂ ਸੋ ਪੰਜਾਬੀ ਜਿਹੜੀ ਪਹਿਲੀ ਤਾਂ ਗੱਲ ਇਹ ਹੈ ਵੀ ਅਸੀਂ ਆਪਣੀ ਪੰਜਾਬੀ ਜ਼ਬਾਨ ਮਾਮਲੇ ਵਿੱਚ ਪੰਜਾਬੀ ਬੈਕਵਰਡ ਕੌਮੀਅਤ ਫਿਰ ਸਾਹਿਤ ਦਾ ਟੇਸਟ ਜਿਹੜਾ ਹੈ ਇੱਕ ਡੀਸੈਂਟ ਆਦਮੀ ਨੂੰ ਹੁੰਦਾ ਸਾਹਿਤ ਦਾ ਟੇਸਟ ਹਰ ਕਿਸੇ ਨਹੀਂ ਹੁੰਦਾ ਅਖਬਾਰ ਲੱਖਾਂ ਬੰਦੇ ਪੜ੍ਹਨਗੇ ਪਰ ਸਾਹਿਤ ਜਿਹੜਾ ਹੈ ਜਿਹਨੂੰ ਸਾਹਿਤ ਕਹਿੰਦੇ ਹਾਂ ਅਸੀਂ ਉਹ 94 ਬੰਦੇ ਪੜ੍ਹਨਗੇ ਡੀਸੈਂਟ ਪੜ੍ਹੂਗਾ ਲੇਕਿਨ ਜਿਹੜੀਆਂ ਕੌਮੀਅਤਾਂ ਐਡਵਾਂਸ ਨੇ ਉਹਨਾਂ ਵਿੱਚ ਬਹੁਤ ਸਾਰੇ ਲੋਕਾਂ ਦਾ ਜਿਹੜਾ ਟੇਸਟ ਹੈ ਸਾਹਿਤ ਦਾ ਟੇਸਟ ਹੋਊਗਾ ਉਹਨਾਂ ਨੂੰ ਉਹ ਡਿਸੈਂਟ ਉਹਨਾਂ 'ਚ ਬਹੁਤੇ ਹੋਣਗੇ ਅਸੀਂ ਸਾਹਿਤ ਸਾਡੇ ਬੁੱਕ ਕਲਚਰ ਨਹੀਂ ਹੈ ਬੁੱਕ ਸੱਭਿਆਚਾਰ ਹੀ ਨਹੀਂ ਹੈ ਜਿਸ ਕਰਕੇ ਇਹ ਸਾਡੀ ਮਿਸਾਲ ਦੇ ਤੌਰ 'ਤੇ ਅਖਬਾਰ ਸਾਡੇ ਲੱਖਾਂ ਛਪਦੇ ਨੇ ਕਿਤਾਬ 500 ਛਪਦੀ ਹੈ ਉਹ ਵੀ ਵਿਕਦੀ ਨਹੀਂ ਛੇਤੀ ਖਰੀਦਦਾ ਨਹੀਂ ਕੋਈ ਕਿਤਾਬ ਨੂੰ ਛੇਤੀ ਬੁੱਕ ਦੀ ਪੰਜਾਬੀ 'ਚ ਕਿਤਾਬ ਦੀ ਖਰੀਦਦਾਰ ਨਹੀਂ ਤੁਹਾਨੂੰ ਮਿਲੂਗਾ ਬਹੁਤ ਘੱਟ ਕਹਿਣਗੇ ਜੀ ਮਹਿੰਗੀ ਹੈ ਕਿਤਾਬ ਨਵੀਂ ਪੀੜ੍ਹੀ ਨੂੰ ਜੋੜਨ ਲਈ ਸਰਕਾਰ ਜਾਂ ਪ੍ਰਾਈਵੇਟ ਅਦਾਰੇ ਕੀ ਕੋਈ ਕੰਮ ਕਰ ਰਹੇ ਨੇ ਪ੍ਰਾਈਵੇਟ ਅਦਾਰਿਆਂ 'ਚੋਂ ਕੇਂਦਰੀ ਪੰਜਾਬੀ ਲੇਖਕ ਸਭ ਹੈ ਜੀ ਇਹ ਤਾਂ ਕੰਮ ਕਰ ਰਹੀ ਹੈ ਹੋਰ ਕੋਈ ਪ੍ਰਾਈਵੇਟ ਅਦਾਰਾ ਕੰਮ ਨਹੀਂ ਕਰਦਾ ਕਿਸਾਨ ਸਭਾਵਾਂ ਨੇ ਮਜ਼ਦੂਰ ਯੂਨੀਅਨਸ ਨੇ ਆਪਣੀਆਂ ਮੰਗਾਂ ਰੱਖਣਗੇ ਮੈਂ ਕਈ ਵਾਰ ਕਹਿੰਦਾ ਵੀ ਤੁਸੀਂ ਆਪਣੀਆਂ ਮੰਗਾਂ ਦੇ ਵਿੱਚ ਪੰਜਾਬੀ ਜ਼ਬਾਨ ਦੀ ਮੰਗ ਵੀ ਰੱਖੋ ਵੀ ਪੰਜਾਬ ਦੇ ਵਿੱਚ ਇਹ ਵੀ ਲਾਗੂ ਹੋਵੇ ਪਰ ਉਹ ਆਪਣੀਆਂ ਆਰਥਿਕ ਮੰਗਾਂ 'ਤੇ ਲੜਾਈ ਲੜਦੇ ਨੇ ਸਾਹਿਤ ਔਰ ਸੱਭਿਆਚਾਰ ਲਈ ਲੜਾਈ ਨਹੀਂ ਲੜਦੇ ਸੱਭਿਆਚਾਰ ਕਿਹਨੂੰ ਮੰਨਦੇ ਨੇ ਜਿਹੜੇ ਸਾਡੇ ਸੱਭਿਆਚਾਰਕ ਮੇਲੇ ਲੱਗਦੇ ਨੇ ਜਿਨ੍ਹਾਂ 'ਚ ਗਾਇਕ ਗਾਉਂਦੇ ਨੇ ਆਹ ਫਲਾਣਾ ਮਾਨਾ ਟਿਮਕਾ ਇਹ ਗਾਉਂਦੇ ਨੇ ਇਹਨਾਂ ਨੂੰ ਸੱਭਿਆਚਾਰ ਮੰਨਦੇ ਨੇ ਹਾਲਾਂਕਿ ਪੁਸਤਕ ਜਿਹੜੀ ਹੈ ਬੁੱਕ ਜਿਹੜੀ ਹੈ ਇਹ ਸੱਭਿਆਚਾਰ ਦੀ ਕਿਸੇ ਦੀ ਵੀ ਬੁਨਿਆਦ ਹੁੰਦੀ ਹੈ ਕਿਤਾਬ ਸਾਡੇ ਇੱਕ ਬੜੀ ਆਪਣੀ ਮੈਥੋਲੋਜੀ ਵਿੱਚ ਹੈ ਵੀ ਦੇਵਤਿਆਂ ਨੇ ਜਦੋਂ ਰਾਕਸ਼ਾਂ ਨੇ ਦੇਵਤਿਆਂ ਨੇ ਮਿਲ ਕੇ ਸਮੁੰਦਰ ਲੜਕਿਆ ਤਾਂ ਉਹਦੇ 'ਚੋਂ 14 ਰਤਨ ਨਿਕਲੇ ਜੀ ਉਹਨਾਂ 'ਚੋਂ ਇੱਕ ਰਤਨ ਕਿਤਾਬ ਵੀ ਨਿਕਲੀ ਸੀ ਉਹ ਜਿਹੜੀ ਸਰਸਵਤੀ ਦੇਵੀ ਨਿਕਲੀ ਉਹਦੇ ਹੱਥ 'ਚ ਪੁਸਤਕ ਫੜੀ ਹੋਈ ਹੈ ਇਹ ਰਤਨ ਨਿਕਲੇ ਰਤਨ ਇਹਨੀ ਉਹਨਾਂ 'ਚ ਅਹਿਮੀਅਤ ਤਾਂ ਇੰਨੀ ਦਿੱਤੀ ਹੋਈ ਹੈ ਕਿਤਾਬ ਨੂੰ
किसी ने एक बार साढ़े कुछ कोई लेखक बोलिया कहते जी साढ़े पंजाब की किताब की बहुत कदर है गुरु ग्रंथ साहब कहते सुर पर चुकते हैं मैं सिर्फ सिरते ही चुकते हैं असं गुरु ग्रंथ साहब में तो मामला ही कोई होर है वह तो धर्म पुस्तक समझ के उन्होंने असं मत्थे टेकते हैं उन्होंने कोई स्टडी करने लिए नहीं उन्होंने कोई असं खरीद रहे वो खरीदना होर है गुटके खरीद के घर च रख ले सवाल है भी जो मॉडर्न क्लासिक्स ने मॉडर्न लिटरेचर है वह किन्ना असं खरीदते हैं किसी नूं भी अपनी लाइब्रेरी बनाने का शौक नहीं है सो पंजाबी अच्छा हुण बच्चे ने प्राइवेट स्कूल जिहड़े साडे ने उहनां दे विच अंग्रेजी का माध्यम है सरकार उहनां नूं ग्रांटां दिंदी है बहुत ज़्यादा ग्रांटां दिंदी है वे क्यों नहीं कहती भी पंजाबी पढ़ाओ साढ़े जिहड़ा हुण दा मुख्यमंत्री है कैप्टन अमरिंदर सिंह दा डेडली अगेंस्ट है पंजाबी जबान दे बादल भी अगेंस्ट सी इन्हां ने लैणा की है बड़े बड़े खांदे पींदे लोकां ने पंजाबी जबान तो मुनाफा कित्थों हुंदा इन्हां नूं पैसे कित्थों बणदे ने इन्हां तां ओह चीज़ देखणी है फिर होर है पंजाबी जबान कोल या पंजाबी लेखकां कोल वोटां नहीं हन असीं वोटर नहीं साडे कोल जिहड़ी वोटिंग पावर वोट पावर है वोटिंग पावर है असीं ओह नहीं हां जे असीं ओह होईए खिलाफ नहीं बहुत अच्छी गल है पर पंजाबी जुबान जिहड़ी सारियां दी होई है जिहड़ी जुबान दी जिहड़ी जिहड़ी कौमियत अपनी जुबान अपने साहित अपने सभ्याचार की कदर नहीं करती समझो भी बेमुख कमजोर पंजाबी कौमियत है और आत्मक तौर पर कमजोर है आत्म शक्ति जिहड़ी है वह साहित और सभ्याचार तो प्राप्त होती है पंजाबी जबान का भविख ही है पंजाबी जबान का पंजाबी जबान कितने नहीं जाएगी जे जिन्ना चर पंजाबी लोग जिंदा ने जोड़े खेतों में कारखानों और सड़कों के उत्ते रूढ़ियाँ कुट के काम करते हैं पंजाबी बोलते हैं पंजाबी तो कितने नहीं जाएगी पर जड़ा पंजाबी नूं प्रफुल्लित करन दा फर्ज सरकारां दा है वह सरकारां पूरियां नहीं करदियां उस तो बगैर जुबान उच्ची नहीं उठती दुनिया के मुकाबले उच्ची नहीं उठती सवाल तो यह पंजाबी तो वह साहित्य रचा जा रहा है जड़ा संसार पद्धर दा सही गल मैं जानना चाहांगा कि तुसी भी कुछ कुछ लिखिया बच्चों नूं पंजाबी प्रति जोड़न लई मैं बच्चों का लेखक नहीं हाँ पहली गल उंज मैं अपनी एक पुस्तक अपने पोतरे जो साढ़े क तीन साल का सी बड़ा मुंडा प्रगीत सिंह इतने हूँ आया सी वो प्रगीत सिंह एड्रेस करके जो साढ़े क तीन साल का सी उदों कुछ चिट्ठियां लिखिया सी जिदे विच मैं अपने समय बारे उस एजुकेट कर रहा सी और मैं उदे मुखबंध भी लिखा भी अज ये छोटा है अज ये इन्हां चिट्ठियां नूं पढ़न जोगा नहीं है पर कदे तां वड्डा होऊगा ही पढ़ूगा ही और फिर ये चिट्ठियां इहदे लई नहीं हनगियां इहदे राहीं इहदे माध्यम राहीं ये संसार दे फुल्लां नूं ने फुल्लां नाल गल्लां उहदा नाम है किताब दा फुल्लां नाल गल्लां भी ये फुल्लां बच्चियां नाल गल्लां भी ये मैं सारे संसार दे बच्चियां नाल ही करदा और वह गल्लां इहियां जिहियां ने जिवें उहनूं वड्डे भी जे पढ़न तां उहनां नूं भी उह ठीक लगणगियां उहनां नूं भी लगू भी जिवें सानूं ये लिखियां होईयां ने इस किस्म दी उह मेरी किताब है जिहनूं मैं छोटे बच्चों की किताब नहीं कह सकता एक जनरल किताब है जिहड़ी एक बच्चे नूं एड्रेस करके लिखी गई है और वह बच्चा मेरा पोतरा सी प्रगीत सिंह मैं पहला भी सवाल पूछा सी शायद वो ना क्लीयर हो मैं ये दो सवाल पूछना चाहूँगा कि थोड़े जीवन च जड़ी राजनीतिक सोच जुड़ी किवें जुड़ी राजनीतिक सोच मैं जड़ी मेरी अज की सोच है राजनीतिक सोच सोच विचार समझ है वो प्रीत लड़ी पढ़ के बड़ी जी प्रीत लड़ी ने मैनू एकदम तंग दायरिया चों कढ़ के एक विशाल जड़ा साडा समूह समाज है पूरा संसार जगत उहदे विच खलारिया खड़ा किया नहीं तो पहला आपां पंजाब या हिंदुस्तान मैं किसी समय च पहला फिरका प्रस्त भी बन गया सी हैरानी की गल है फिरका प्रस्त फिरकू सोच हो गई सी भी एक गोबिंदगढ़ च गुरुद्वारा सीगा उहदियां दुकानां हिंदुआं ने दबियां होईयां सी सिख बन के तो दुकानां खाली करवाउणियां ने लड़ांगे मरांगे इस किस्म की सोच पिछों समझ आई भी ओहो तो बड़ी गलत गल है हिंदू सिख वाली गल मेरे मां नानके हिंदू मां मेरी हिंदू घराने दी पिता सिख ये तो एक सारे सी फिर मैं पहला तो मैं अकाली बनिया कदे नहीं पर इन्ना के सोच रही है मेरी
फिर मैं अपने आप फिर मैं कांग्रेसी भी यानी आज़ादी तो पहला 45-46 च यह होया भी देश भगत पार्टी है और खद्दर दे कपड़े पाए खद्दर दी पग बन्नी इस तरह यह भी रहा जिस वेले आह INA का जोर सीगा उस तो बाद फिर मैं सोचा भी ये भी गलत है भी अकालियां वल पंज ककार सिखां च ने कांग्रेसी बनना हुंदा तो खद्दर पाउणा जरूरी है यह भी एक साली यह भी एक वो भेख धारण है ये कोई ऐसी पार्टी चाहिए है जिदे यह जो भेखा का कोई पाबंदी ना हो और पूरी मानव जाति की पार्टी हो फिर मैं कम्यूनिस्ट मूवमेंट कम्यूनिस्ट पार्टी मैं पसंद आई क्योंकि कम्यूनिस्ट हम दुनिया भर के कम्यूनिस्ट पार्टियां ने ये जो मैं कम्यूनिस्ट बन जाना तो हिंदुस्तानी भी मेरे साथी मेरे मोढ़े नाल अंग्रेज़ भी मेरे नाल अंग्रेज़ों नाल भी मेरा मोढ़ा जुड़ जाता है अफ्रीकन हबशियां नाल भी मेरा मोढ़ा जुड़ जाता है और जंगलियां कबीलियां नाल भी जुड़ जाता है और सारे नाल जुड़ शहरियां नाल भी पेंडुआं नाल भी ये पार्टी जिहड़ी है मार्क्स कम्यूनिस्ट मूवमेंट सोशलिस्ट ख्याल की पार्टी कम्यूनिस्ट पार्टी ये एक तरह की ग्लोब की पार्टी है ग्लोब की है यानी अज तुम सुनते हो भी ग्लोबलाइजेशन ग्लोबलाइजेशन बड़ी हो रही है ये साम्राज्य की ग्लोबलाइजेशन है लुटेरिया की ग्लोबलाइजेशन जो कहें अमरीकी साम्राज्य दूजे ब्रिटेन तो फ्रांस तो जर्मन भी साढ़े वास्ते सारी जी तीजी दुनिया खास करके भारत ये मंडिया के दरवाजे खोलते हैं खुली मंडी होनी चाहिए है असी लुटीए जी असली ग्लोबलाइजेशन है और मार्क्सवाद की ग्लोबलाइजेशन है जदों कार्ल मार्क्स का सब तो पहला नारा यह है जोड़ा कम्यूनिस्ट मैनीफेस्टो के उत्ते लिखा हुआ है वर्कर्स ऑफ द वर्ल्ड यूनाइट दुनिया भर के मेहनत कशो एक हो जाओ जी भाई लालोआं की संसार की पार्टी है संसार के भाई लालोआं की पार्टी वो पार्टी ये पार्टी है जी मैं चुनी फिर पर मैं दसदा बड़ा दुख हो रहा है कि साड़ी इग्नोरेंस च कम्यूनिज्म के ख्याल वाले बंदे ने बड़ा गलत जिहा महसूस करते रहे थोड़े वाले दौड़ भी होणगे मेरे वाले दौड़ भी रहे तो चानना पाऊं मतलब है भी लोग करदे हां लोग कामरेड नु कहंदे जी रब नु नहीं मानदे ये वो इदां दी गल्लां रब एक बड़ी वेग चीज है मैं भी नहीं मानता लेकिन ये गल मैं कहांगा भाई कम ये इंडिविजुअल मामला है यानी रब नु मनना या ना मनना धर्म नूं मनना या ना मनना यह व्यक्तिगत मामला यदा समूह नाल तअल्लुक नहीं है अज मैं सिख 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 मैं क्यों हाँ ये तो मैं हूँ अपने सिख परिवार च मेरा जन्म हो गया मैं सिख हो गया जिहड़ी मैनू कोई सबकास्ट मिल गई उहदे च जम पिया होवे तां गल पै ढोल बजा रहा मैं मैं मुसलमाना दे घर भी जम सकदा सी जे मैं अफरीका दे विच जम पैंदा फिर मैं हबशी होना सीगा यह मेरी तो चोण नहीं है ना देश ना कौम ना धर्म ना जात ना गोत ये साड़ी अपनी चोण नहीं होंगी ये तो सानू ऊँ बार अपनी अपनाइया मिलती ने बाकी जोड़ा कम्यूनिस्टा के खिलाफ है भी रब न नहीं मनते ये हूँ भुलेखे पाए हुए ने जोड़े रब न मनते ने वो कड़ा बहुत चंगे बंदे होंगे ने कितने पहुँच गए वह भी तो नरक भोगते ने बैठे सवाल तो यह है भी समाज में किमें बदलिया जाए जड़ी चंगी समाज हो सब दे हित दी समाज हो सारे दे भले दी समाज हो धीरज साहब कभी तुसी भी चोणा लड़न का इरादा बनाया जो थानू किसी ने इनकरेज किया है जिंदगी पंचायत विच पिंड दी च मैं चोणा लड़दा रहा कितनी सफलता मिली सफलता यह है भी चंगे बंदे नहीं पसंद करते होंगे साढ़े उत्थे जजमेंट भी होंगी सी असी कचहरी भी लाते होंगे मुकदमे सुनने का भी होंगे सी अधिकार इनू साड़ी पंचायत नू पसंद मैं बहुत करते थे भी धीर बड़ी इंसाफ की गल कर रहे हैं ठीक बंदा है पर ठीक बंदे लोग पसंद नहीं करते तो कहें भी साढ़े तलेबंदी जे मैं गलत भी हाँ तुम मैं वोट पाई है या तुम मैं बनाने अगे होकर बनाता फिर तुम ये चाहोगे भी जे तुम गलत गल भी करते हो तो मैं थोड़ी हमायत करा उ जो मैं ना करनी फिर पसंद नहीं होता मैं एक आम कहावत थोड़े बारे जिन्हें भी थोड़े समकाली ने होर पंजाबी साहित से जुड़े ने वो कहते हैं कि धीर साहब खुददार ने ते जो कुछ तुसी जिंदगी कीता वो मड़कना कीता किसी तो कोई ओही नहीं खाई ना उंगली रखाई ना कुछ लिया ना लैण लई रिक्वेस्ट कीती इहदे बारे की कहो ये सुभा हुंदा बंदे दा जी कोई खुददार बन जांदा है कोई अपनी खुदी नू अपनी पैर हेठ कुचल दिंदा है अलामा इकबाल कहंदे ने जी खुदी को कर बुलंद इतना कि हर तकदीर से पहले
ਖੁਦਾ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ। ਹੁਣ ਜੇ ਖੁਦਾ ਇਹ ਜਿਹੜਾ ਇੱਥੇ ਲੈ ਪਹੁੰਚਾ ਰਿਹਾ ਵੀ ਇੰਨਾ ਬੁਲੰਦ ਕਰ ਲਿਆ ਆਪਣੀ ਖੁਦੀ ਨੂੰ ਵੀ ਤੈਨੂੰ ਖੁਦਾ ਕੇ ਪੁੱਛੇ ਦੱਸ ਭਾਈ ਤੂੰ ਕੀ ਚਾਹੁੰਦਾ ਹੈ। ਤਾਂ ਹੁਣ ਕਿ ਜੀਵਨ 'ਚ ਤੁਹਾਡਾ ਵੀ ਐਸਾ ਮੂਡ ਆਇਆ ਕਿ ਆ ਕੇ ਕਿਸੇ ਨੇ ਪੁੱਛਿਆ ਕਿ ਸਰ ਜੀ ਦੱਸੋ ਤੁਹਾਨੂੰ ਕੀ ਚਾਹੀਦਾ? ਮੈਨੂੰ ਦੇਖੋ ਜੀ ਹੁਣ ਐਂ ਤਾਂ ਕੋਈ ਪੁੱਛਦਾ ਨਹੀਂ ਹੁੰਦਾ ਵੀ ਦੱਸੋ ਜੀ ਤੁਹਾਨੂੰ ਕੀ ਚਾਹੀਦਾ, ਜੇ ਕੋਈ ਕਹੇ ਮੈਨੂੰ ਚਾਹੀਦਾ ਉਹ ਮੈਨੂੰ ਦੇ ਨਹੀਂ ਸਕੋ, ਮੈਂ ਤਾਂ ਕਹੂੰਗਾ ਮੈਨੂੰ ਤਾਂ ਸਾਰਾ ਜਹਾਨ ਚਾਹੀਦਾ ਕਹਿੰਦੇ ਦੂਗੇ ਮੈਨੂੰ। ਸੋ ਜਦੋਂ ਕੋਈ ਚੰਗਾ ਪਿਆਰ ਮੁਹੱਬਤ ਨਾਲ ਮਿਲਦਾ ਸਾਰਾ ਹੀ ਕੁਛ ਮਿਲ ਜਾਂਦਾ ਉਸ ਵੇ ਬੰਦੇ ਨੂੰ। ਬਸ